ਟੈਕਸ ਤੇ ਗੜਬੜੀ ਕਰਨ ਵਾਲਿਆਂ ਦਾ ਕੀਤਾ ਜਾ ਰਿਹਾ ਹੈ ਸਰਵੇ। ਮੁੱਖ ਆਮਦਨ ਕਰ ਕਮਿਸ਼ਨਰ ਵਿਨੇ ਕੁਮਾਰ ਨੇ ਲੁਧਿਆਣਾ ਵਿਖੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਇਸ ਵਾਰ ਵਿਭਾਗ ਵੱਲੋਂ ਤਕਰੀਬਨ 3.5 ਲੱਖ ਕਰਦਾਤਾ ਜੋੜੇ ਗਏ ਹਨ, ਜਿਸ ਨਾਲ ਆਮਦਨ ਕਰ ਵਿੱਚ 15% ਵਾਧਾ ਦਰਜ ਹੋਇਆ ਹੈ, ਜਦਕਿ ਵਿਭਾਗ ਵੱਲੋਂ ਆਮਦਨ ਕਰ ਅਦਾ ਕਰਨ ਵਿੱਚ ਗੜਬੜੀ ਕਰਨ ਵਾਲਿਆਂ ਦਾ ਸਰਵੇ ਵੀ ਕੀਤਾ ਜਾ ਰਿਹਾ ਹੈ। ਲੁਧਿਆਣਾ ਤੋਂ ਅਜੀਤ ਵੈੱਬ ਟੀਵੀ ਲਈ ਰੁਪੇਸ਼ ਕੁਮਾਰ ਦੀ ਰਿਪੋਰਟ। ਇਸ ਦਾ ਉਦੇਸ਼ ਪ੍ਰੈਸ ਕਾਨਫਰੰਸ ਦਾ ਅੱਜ ਕੇ ਇਹ ਥਾ ਕਿ ਹਮ ਆਪਣੇ ਸਭੀ ਕਰਦਾਤਾਓਂ ਕੋ ਯਹ ਰਿਕੁਐਸਟ ਕਰੇ ਕਿ ਇਸ ਸਾਲ ਜੈਸੇ ਪਿਛਲੇ ਸਾਲ ਉਹਨਾਂ ਆਗੇ ਆਕਰ ਔਰ ਹਮਾਰੇ ਲਕਸ਼ ਕੋ ਪੂਰਾ ਕਰਨੇ ਮੇਂ ਹਮਾਰੇ ਸਾਥ ਕੋਆਪਰੇਟ ਕੀਆ ਥਾ, ਇਸ ਸਾਲ ਵੀ ਕਰੇ ਔਰ ਪਿਛਲੇ ਸਾਲ ਸੇ ਕਹੀਂ ਜ਼ਿਆਦਾ ਟੈਕਸਿਸ ਸਰਕਾਰ ਕੇ ਖਾਤੇ ਮੇਂ ਜਮਾ ਕਰੇ। ਔਰ ਦੂਸਰੀ ਬਾਤ ਇਹ ਕਿ ਅਭੀ ਕੁਛ ਪ੍ਰਕਿਰਿਆਏ ਸ਼ੁਰੂ ਹੋਈ ਹੈ, ਜੋ ਕੈਸ਼ ਡਿਪੋਜ਼ਿਟਸ ਲੋਗੋਂ ਨੇ ਕੀਏ ਥੇ ਉਨਕੋ ਔਰ ਕੁਛ ਲੋਕ ਉਨਕੀ ਸਹੀ ਐਕਸਪਲੇਨੇਸ਼ਨ ਨਹੀਂ ਦੇ ਪਾਏ ਥੇ, ਉਨ ਲੋਗੋਂ ਪੇ ਕੁਛ ਪੇ ਸਰਵੇਜ਼ ਹੋਏ ਹੈ ਰੀਸੈਂਟਲੀ, ਔਰ ਇਹ ਹਮ ਲੋਗੋਂ ਕੋ ਬਤਾਨਾ ਚਾਹਤੇ ਥੇ ਕਿ ਆਪ ਲੋਕ ਆਗੇ ਆਕਰ ਔਰ ਆਪਣੀ ਜੋ ਵੀ ਆਏ ਹੈ ਉਸਕੀ ਵਿਵਰਣੀ ਸਹੀ ਭਰ ਦੇਂ, ਤੋ ਉਸਸੇ ਇਹ ਹੋਗਾ ਕਿ ਹਮੇਂ ਫਿਰ ਕੋਈ ਕਾਨੂੰਨੀ ਕਾਰਵਾਈ ਡਿਪਾਰਟਮੈਂਟ ਕੋ ਨਹੀਂ ਕਰਨੀ ਪੜੇਗੀ। ਔਰ ਬਹੁਤ ਸੇ ਐਸੇ ਲੋਕ ਹੈ ਜਿਨ੍ਹਾਂਨੇ ਪ੍ਰੋਪਰਟੀਜ਼ ਖਰੀਦੀ ਹੈ, ਵੇਚੀ ਹੈ, ਬਹੁਤ ਸੇ ਐਸੇ ਲੋਕ ਹੈ ਜਿਨ੍ਹਾਂਨੇ ਰੈਂਟਸ 50,000 ਪਰ ਮੰਥ ਸੇ ਅਧਿਕ ਕੇ ਦੇ ਰਹੇ ਹੈ ਔਰ ਵੋ ਟੈਕਸ ਡਿਡਕਟ ਨਹੀਂ ਕਰ ਰਹੇ ਹੈ, ਤੋ ਆਪਕੇ ਮਾਧਿਅਮ ਸੇ ਮੈਂ ਉਨਸੇ ਇਹ ਵੀ ਬਤਾਨਾ ਚਾਹੂੰਗਾ ਕਿ ਇਹ ਵੀ ਉਨਕੀ ਕਾਨੂੰਨੀ ਜ਼ਿੰਮੇਦਾਰੀ ਹੈ ਔਰ ਹਮਾਰੇ ਯਹਾਂ ਜੋ ਇਨਫੋਰਮੇਸ਼ਨ ਆਈ ਹੈ ਉਸਕੇ ਹਿਸਾਬ ਸੇ ਜਿਨ ਲੋਕਾਂ ਨੇ ਇਸ ਤਰ੍ਹਾਂ ਕਾਨੂੰਨੀ ਵਿਵਸਥਾ ਕਾ ਪਾਲਨ ਨਹੀਂ ਕੀਆ ਹੈ ਉਨਕੇ ਕੇਸਿਸ ਮੇਂ ਫਿਰ ਕਾਰਵਾਈ ਸ਼ੁਰੂ ਕੀ ਜਾਏਗੀ। ਪਿਛਲੇ ਸਾਲ ਕੀ ਬਨਿਸਬਤ ਇਸ ਸਾਲ 3,60,000 ਸੇ ਜ਼ਿਆਦਾ ਕਰਦਾਤਾਓਂ ਕੀ ਸੰਖਿਆ ਮੇਂ ਇਜ਼ਾਫਾ ਹੁਆ ਹੈ ਅਗਸਤ ਤੱਕ। ਆਇਕਰ ਕਾ ਹਮਾਰਾ ਲਕਸ਼ ਵੀ ਬੜਾ ਹੈ ਔਰ ਤਕਰੀਬਨ 15% ਹਮਾਰੇ ਆਇਕਰ ਕੀ ਕਲੈਕਸ਼ਨ ਮੇਂ ਇਜ਼ਾਫਾ ਹੁਆ ਹੈ ਪਿਛਲੇ ਸਾਲ ਕੀ ਕੰਪੈਰੀਜ਼ਨ ਮੇਂ। ਹਮਨੇ ਇਨ ਪੇ ਜੋ ਸਰਵੇ ਕੀਆ ਵੋ ਤਹਿਕੀਕਾਤ ਕਰਕੇ ਕੀਆ ਕਿ ਇਨਕੇ ਯਹਾਂ ਕਸਟਮਰਸ ਰੋਜ਼ ਇਤਨੇ ਸਾਰੇ ਜਾਤੇ ਹੈ ਔਰ ਇਤਨੇ ਬਿਲਸ ਬਨਤੇ ਹੈ, ਲੇਕਿਨ ਜੋ ਇਨਕੀ ਰਿਟਰਨ ਥੀ ਵੋ ਉਸਕੇ ਅਨੁਰੂਪ ਨਹੀਂ ਥੀ। ਇਹ ਸਾਰੀ ਤਹਿਕੀਕਾਤ ਕਰਨੇ ਕੇ ਬਾਅਦ ਹੀ ਹਮ ਇਨ ਲੋਗੋਂ ਪੇ ਹਮਨੇ ਕਾਰਵਾਈ ਕੀ ਔਰ ਤਹਿਕੀਕਾਤ ਕੇ ਬਾਅਦ ਹੋਈ ਥੀ ਕਾਰਵਾਈ, ਤੋ ਇਸ ਲਈ ਇਸ ਮੇਂ ਸਫਲਤਾ ਵੀ ਪ੍ਰਾਪਤ ਹੋਈ ਔਰ ਅੱਛੀ ਮਾਤਰਾ ਮੇਂ ਅਘੋਸ਼ਿਤ ਆਏ ਡਿਕਲੇਅਰ ਕੀ ਗਈ।